ਰੇਗਿਸਤਾਨ ਨਾਲ ਘਿਰੇ ਦੁਬਈ ਚ ਆਇਆ ਤੂਫਾਨ, ਸ਼ਹਿਰਾਂ ਦੇ ਸ਼ਹਿਰ ਹੋ ਗਏ ਜਲ ਥਲ, ਸੜਕਾਂ ਤੇ ਹੋ ਗਿਆ ਪਾਣੀ ਹੀ ਪਾਣੀ, ਮੱਛੀਆਂ ਵਾਂਗ ਤੈਰਦੀਆਂ ਨਜ਼ਰ ਆਈਆਂ ਗੱਡੀਆਂ। ਦੁਬਈ ਨੇ ਪਵਾਇਆ ਨਕਲੀ ਮੀਂਹ, ਨਕਲੀ ਬਰਸਾਤ ਦੇ ਚੱਕਰ ਚ ਡੋਬ ਲਿਆ ਪੂਰਾ ਦੇਸ਼। ਇੱਕੋ ਦਿਨ ਚ ਪੈ ਗਿਆ 2 ਸਾਲਾਂ ਚ ਨਾਮੀ। ਪੰਦਰਾਂ ਅਪ੍ਰੈਲ ਦੀ ਰਾਤ ਨੂੰ UAE, ਸਾਊਦੀ ਅਰਬ, ਬਹਿਰੀਨ ਅਤੇ ਓਮਾਨ ਦੇ ਵਿੱਚ ਭਾਰੀ ਬਰਸਾਤ ਦੀ ਸ਼ੁਰੂਆਤ ਹੋਈ। ਵੇਖਦੇ ਹੀ ਵੇਖਦੇ ਇਹ ਤੂਫਾਨ ਦੇ ਵਿੱਚ ਤਬਦੀਲ ਹੋ ਗਈ। ਹਾਲਾਤ ਇਹ ਹੋਏ ਕਿ ਮੰਗਲਵਾਰ ਆਉਂਦੇ ਆਉਂਦੇ ਇਸ ਦੀ ਵਜ੍ਹਾ ਦੇ ਨਾਲ ਦੇਸ਼ ਦੇ ਦਰਜਨਾਂ ਸ਼ਹਿਰਾਂ ਦੇ ਵਿੱਚ ਬਾੜ ਆ ਗਈ। ਇੱਕ ਮੌਸਮ ਏਜੰਸੀ ਮੁਤਾਬਕ ਇੱਥੇ ਇੰਨੀ ਬਰਸਾਤ 2 ਸਾਲਾਂ ਦੇ ਵਿੱਚ ਹੁੰਦੀ ਹੈ। ਕਈਆਂ ਦਾ ਕਹਿਣਾ ਹੈ ਕਿ ਦੁਬਈ ਨੇ ਕਲਾਊਡ ਸੀਡਿੰਗ ਯਾਨੀ ਕਿ ਆਰਟੀਫਿਸ਼ਲ ਰੇਨ ਦੇ ਨਾਲ ਮੀਂਹ ਪਵਾਇਆ, ਪਰ ਇਸ ਦੌਰਾਨ ਕੁਝ ਗੜਬੜੀ ਹੋ ਗਈ ਜਿਸ ਦੇ ਕਾਰਨ ਦੇਖਦੇ ਹੀ ਦੇਖਦੇ ਭਾਰੀ ਮੀਂਹ ਤੂਫਾਨ ਦੇ ਵਿੱਚ ਤਬਦੀਲ ਹੋ ਗਿਆ। ਆਰਟੀਫਿਸ਼ਲ ਰੇਨ ਤਕਨੀਕ ਦਾ ਇਸਤੇਮਾਲ ਅੱਜ ਸਾਊਦੀ ਅਰਬ ਸਮੇਤ ਦੁਨੀਆ ਦੇ ਕਰੀਬ 60 ਦੇਸ਼ ਕਰਦੇ ਨੇ। ਜਿਨ੍ਹਾਂ ਥਾਵਾਂ ਤੇ ਸੋਕੇ ਦੀ ਸਮੱਸਿਆ ਹੁੰਦੀ ਹੈ ਉੱਥੇ ਇਸ ਤਕਨੀਕ ਦਾ ਇਸਤੇਮਾਲ ਕੀਤਾ ਜਾਂਦਾ ਹੈ। ਆਖਿਰਕਾਰ ਕਲਾਊਡ ਸੀਡਿੰਗ ਹੈ ਕੀ, ਕਿਵੇਂ ਇਸ ਤਕਨੀਕ ਦੇ ਨਾਲ ਮੀਂਹ ਪਵਾਇਆ ਜਾਂਦਾ ਹੈ, ਆਓ ਤੁਹਾਨੂੰ ਦੱਸਦੇ ਹਾਂ। ਜਦੋਂ ਪ੍ਰਕਿਰਤਿਕ ਰੂਪ ਦੇ ਨਾਲ ਕਿਤੇ ਮੀਂਹ ਨਹੀਂ ਪੈਂਦਾ ਤਾਂ ਉੱਥੇ ਆਰਟੀਫਿਸ਼ਲ ਤਰੀਕੇ ਦੇ ਨਾਲ ਬੱਦਲਾਂ ਨੂੰ ਬਰਸਾਤ ਦੇ ਵਿੱਚ ਬਦਲਣ ਦੀ ਤਕਨੀਕ ਨੂੰ ਕਲਾਊਡ ਸੀਡਿੰਗ ਕਹਿੰਦੇ ਨੇ। ਕਲਾਊਡ ਸੀਡਿੰਗ ਦੇ ਲਈ ਸਿਲਵਰ ਆਇਓਡਾਈਡ, ਪੋਟਾਸ਼ੀਅਮ ਆਇਓਡਾਈਡ ਅਤੇ ਡਰਾਈ ਆਈਸ ਯਾਨੀ ਕਿ ਸੋਲਿਡ ਕਾਰਬਨ ਡਾਈਆਕਸਾਈਡ ਵਰਗੇ ਰਸਾਇਣਾਂ ਨੂੰ ਹੈਲੀਕਾਪਟਰ ਜਾਂ ਪਲੇਨ ਦੇ ਜ਼ਰੀਏ ਆਸਮਾਨ ਦੇ ਵਿੱਚ ਬੱਦਲਾਂ ਦੇ ਕਰੀਬ ਖਿਲਾਰ ਦਿੱਤਾ ਜਾਂਦਾ ਹੈ। ਇਹ ਪਾਰਟੀਕਲ ਹਵਾ ਦੇ ਵਿੱਚ ਭਾਫ਼ ਨੂੰ ਆਕਰਸ਼ਿਤ ਕਰਦੇ ਨੇ ਜਿਸ ਦੇ ਨਾਲ ਤੂਫਾਨੀ ਬੱਦਲ ਬਣਦੇ ਨੇ ਅਤੇ ਅਖੀਰ ਦੇ ਵਿੱਚ ਬਰਸਾਤ ਹੁੰਦੀ ਹੈ। ਇਸ ਤਕਨੀਕ ਦੇ ਨਾਲ ਬਰਸਾਤ ਹੋਣ ਦੇ ਵਿੱਚ ਕਰੀਬ ਅੱਧਾ ਘੰਟਾ ਲੱਗਦਾ ਹੈ। ਜੁਲਾਈ 2021 ਦੇ ਵਿੱਚ ਦੁਬਈ ਦੇ ਵਿੱਚ ਜਦ ਤਾਪਮਾਨ 50 ਡਿਗਰੀ ਤੱਕ ਪਹੁੰਚ ਗਿਆ ਸੀ ਤਾਂ ਉਸ ਵੇਲੇ ਗਰਮੀ ਤੋਂ ਰਾਹਤ ਪਾਉਣ ਦੇ ਲਈ ਕਲਾਊਡ ਸੀਡਿੰਗ ਕਰਵਾਈ ਗਈ ਸੀ। ਸੁੱਕੇ ਨਾਲ ਨਿਪਟਣ ਦੇ ਲਈ ਖਾੜੀ ਦੇਸ਼ਾਂ ਦੇ ਵਿੱਚ ਅਕਸਰ ਇਸ ਤਕਨੀਕ ਦਾ ਇਸਤੇਮਾਲ ਕੀਤਾ ਜਾਂਦਾ ਹੈ। UAE ਦੇ ਵਿੱਚ ਇਸ ਦੀ ਸ਼ੁਰੂਆਤ 1990 ਦੇ ਦਸ਼ਕ ਦੇ ਵਿੱਚ ਹੋਈ ਸੀ। ਦੁਬਈ ਅਤੇ ਉਸ ਦੇ ਆਲੇ ਦੁਆਲੇ ਦੇ ਦੇਸ਼ਾਂ ਦੇ ਵਿੱਚ ਬੇਹੱਦ ਹੌਲੀ ਗਤੀ ਦੇ ਨਾਲ ਸਾਊਦਰਨ ਜੈੱਟ ਸਟ੍ਰੀਮ ਵਧ ਰਹੀ ਹੈ। ਇਹ ਇੱਕ ਅਜਿਹੀ ਵਾਯੂਮੰਡਲੀ ਹਵਾ ਹੁੰਦੀ ਹੈ ਜੋ ਆਪਣੇ ਨਾਲ ਗਰਮੀ ਲੈ ਕੇ ਆਉਂਦੀ ਹੈ। ਦੁਬਈ ਅਤੇ ਇਸ ਦੇ ਆਲੇ ਦੁਆਲੇ ਸਮੁੰਦਰ ਹੈ, ਇੱਥੇ ਧੂਲ ਦੇ ਤੂਫਾਨ ਵੀ ਆਉਂਦੇ ਰਹਿੰਦੇ ਨੇ। ਧੂੜ ਆਪਣੇ ਆਪ ਦੇ ਵਿੱਚ ਹੀ ਕਲਾਊਡ ਸੀਡਰ ਹੁੰਦੀ ਹੈ ਜਿਸ ਨੂੰ ਵਿਗਿਆਨਿਕ ਭਾਸ਼ਾ ਦੇ ਵਿੱਚ ਕੰਡੈਂਸ਼ਨ ਨਿਊਕਲਾਈ ਕਹਿੰਦੇ ਨੇ। ਯਾਨੀ ਕਲਾਊਡ ਸੀਡਿੰਗ ਇਸ ਲਈ ਗੜਬੜਾ ਗਈ ਕਿਉਂਕਿ ਇਸ ਦੇ ਨਾਲ ਬਹੁਤ ਜ਼ਿਆਦਾ ਧੂੜ ਦੇ ਕਾਰਨ ਸ਼ਾਮਿਲ ਸਨ, ਇਸ ਦੇ ਨਾਲ ਇਹ ਆਪਦਾ ਆਈ। ਜਲਵਾਯੂ ਦੇ ਵਿੱਚ ਵੱਧਦੀ ਗਰਮੀ ਦੀ ਵਜ੍ਹਾ ਦੇ ਨਾਲ ਬਰਸਾਤ ਦੀ ਅਜਿਹੀ ਘਟਨਾਵਾਂ ਹੁਣ ਆਮ ਗੱਲ ਹੋ ਗਈਆਂ ਨੇ। ਦੁਬਈ ਦੇ ਵਿੱਚ ਅਜਿਹੀਆਂ ਘਟਨਾਵਾਂ ਦੁੱਗਣੀ ਗਤੀ ਦੇ ਨਾਲ ਵੱਧ ਰਹੀਆਂ ਨੇ। ਇਸ ਬਰਸਾਤ ਨੇ 75 ਸਾਲ ਦਾ ਰਿਕਾਰਡ ਤੋੜਿਆ। ਕਲਾਊਡ ਸੀਡਿੰਗ ਦੇ ਕਈ ਫਾਇਦੇ ਵੀ ਨੇ ਪਰ ਜ਼ਿਆਦਾ ਚਿੰਤਾ ਹੁੰਦੀ ਹੈ ਕਿਉਂਕਿ ਰੇਗਿਸਤਾਨੀ ਇਲਾਕੇ ਦੇ ਵਿੱਚ ਜੇਕਰ ਇੰਨੀ ਜ਼ਿਆਦਾ ਬਰਸਾਤ ਹੋਵੇ ਤਾਂ ਇਸ ਨਾਲ ਜ਼ਮੀਨ ਧਸਣ, ਫਲੈਸ਼ਵਡ ਵਰਗੀਆਂ ਕੁਦਰਤੀ ਆਪਦਾਵਾਂ ਆ ਸਕਦੀਆਂ ਨੇ ਅਤੇ ਇਸ ਦੇ ਨਾਲ ਕੈਮੀਕਲ ਅਤੇ ਇਸ ਦੇ ਨਾਲ ਉਸ ਕੈਮੀਕਲ ਤੇ ਵੀ ਸਵਾਲ ਉੱਠਦਾ ਹੈ ਜੋ ਕਲਾਊਡ ਸੀਡਿੰਗ ਦੇ ਵਿੱਚ ਕੰਮ ਆਉਂਦਾ ਹੈ। ਫਿਲਹਾਲ ਦੁਬਈ ਦੇ ਵਿੱਚ ਜੋ ਤੂਫਾਨ ਆਇਆ ਉਸਨੇ ਕਿੰਨੀ ਤਬਾਹੀ ਮਚਾਈ ਉਹ ਜਗ ਸਾਹਰ ਹੈ। ਹਰ ਕੋਈ ਦੁਬਈ ਦੇ ਲਈ ਦੁਆਵਾਂ ਮੰਗ ਰਿਹਾ ਸੀ। ਹਾਲਾਂਕਿ ਹੁਣ ਇਹ ਵੀ ਕਿਹਾ ਜਾ ਰਿਹਾ ਕਿ ਦੁਬਈ ਦੇ ਵੱਲੋਂ ਕਲਾਊਡ ਸੀਡਿੰਗ ਕਰਵਾ ਕੇ ਇਹ ਆਰਟੀਫਿਸ਼ਲ ਰੇਨ ਕਰਵਾਏਗੀ, ਪਰ ਕਿੱਥੇ ਨਾ ਕਿੱਥੇ ਕਈ ਐਕਸਪਰਟਸ ਵੀ ਇਸ ਕਲਾਊਡ ਸੀਡਿੰਗ ਦੇ ਸਵਾਲ ਖੜੇ ਕਰ ਰਹੇ ਨੇ। ਬਿਊਰੋ ਰਿਪੋਰਟ, ਸਕਾਲ ਪੰਜਾਬ।